ਬਹੁਤ ਵਾਰੀ ਤੁਸੀਂ ਇਹ ਦੇਖਿਆ ਹੋਣਾ ਕਿ ਸੇਮ ਜਿਹੜੇ ਈਅਰ ਦੇ ਪਾਸ ਆਊਟ ਸਟੂਡੈਂਟ ਆ, ਜਿੱਦਾਂ ਲਾਸਟ ਈਅਰ 21 ਪਾਸ ਆਊਟ ਸਟੂਡੈਂਟ ਸੀ, ਉਸ ਤੋਂ ਪਹਿਲਾਂ 20 ਪਾਸ ਆਊਟ ਸਟੂਡੈਂਟ ਸੀ, ਬਹੁਤ ਸਾਰੇ ਤਾਂ 21 ਪਾਸ ਆਊਟ ਸਟੂਡੈਂਟ ਉਸ ਟਾਈਮ ਤੇ ਕੈਨੇਡਾ ਆਸਟ੍ਰੇਲੀਆ ਪਹੁੰਚ ਚੁੱਕੇ ਸੀਗੇ, ਬਹੁਤ ਸਾਰੇ ਬੱਚੇ ਅਜੇ ਪੀਟੀ ਆਈਲਟਸ ਦੀ ਟ੍ਰੇਨਿੰਗ ਹੀ ਲੈ ਰਹੇ ਸੀਗੇ। ਇੱਕ ਤਾਂ ਉਹਦੇ ਕਰਕੇ ਉਹਨਾਂ ਦਾ ਸਟੱਡੀ ਦੇ ਵਿੱਚ ਗੈਪ ਹੋ ਗਿਆ, ਇੱਕ ਕਿਤੇ ਨਾ ਕਿਤੇ ਤੁਹਾਡਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਵੇਸਟ ਹੋ ਗਿਆ, ਇੱਕ ਕਿਤੇ ਨਾ ਕਿਤੇ ਜਦੋਂ ਨੂੰ ਉਹ ਬੱਚਿਆਂ ਨੇ ਆਈਲਟਸ ਪੀਟੀ ਕਲੀਅਰ ਕੀਤਾ ਉਸ ਟਾਈਮ ਤੇ ਜਾ ਕੇ ਉਹਨਾਂ ਨੂੰ ਚੰਗੇ ਕਾਲਜ ਦੀ ਆਫਰ ਲੈਟਰ ਮਿਲਣ ਦੇ ਵਿੱਚ ਦਿੱਕਤ ਆਈ। ਜੇ ਤੁਹਾਡਾ ਬੱਚਾ ਹੁਣ 22 ਪਾਸ ਆਊਟ ਹੈਗਾ, 22 ਦੇ ਵਿੱਚ ਉਹਨੇ ਕਿਸੇ ਵੀ ਸਟਰੀਮ ਦੇ ਵਿੱਚ ਪਲੱਸ 2 ਕੀਤੀ ਹੋਈ ਆ, ਉਹਦੇ ਪਰਸੈਂਟੇਜ ਤਾਂ ਵਧੀਆ ਹੋਣਗੇ ਕਿਉਂਕਿ ਬੱਚੇ ਇਸ ਟਾਈਮ ਬਹੁਤ ਅੱਛੇ ਸਕੂਲਾਂ ਦੇ ਵਿੱਚ ਸਟੱਡੀ ਕਰਦੇ ਆ। ਉਸ ਤੋਂ ਬਾਅਦ ਆ ਜਾਂਦਾ ਬੇਸ ਜਿਹੜਾ ਹੈਗਾ ਵਿਦੇਸ਼ ਜਾਣ ਵਾਸਤੇ ਜਿਹੜੀ ਸਟੱਡੀ ਹੈਗੀ ਆ ਆਈਲਟਸ ਜਾਂ ਪੀਟੀ। ਆਈਲਟਸ ਪੀਟੀ ਦੀ ਜੇ ਤੁਸੀਂ ਸਟਾਰਟਿੰਗ ਹੀ ਕਿਸੇ ਵਧੀਆ ਇੰਸਟੀਟਿਊਟ ਤੋਂ ਜਿੱਥੇ ਪ੍ਰੋਫੈਸ਼ਨਲ ਤਰੀਕੇ ਨਾਲ ਤੁਹਾਡੇ ਬੱਚੇ ਨੂੰ ਪੜ੍ਹਾਇਆ ਜਾਂਦਾ ਔਰ ਕਲਾਸਿਸ ਦੇ ਵਿੱਚ ਜਿਹੜੇ ਹੈਗੇ ਆ ਬੱਚਿਆਂ ਦੇ ਉੱਤੇ ਇਕੱਲੇ ਇਕੱਲੇ ਬੱਚੇ ਦੇ ਉੱਤੇ ਅਟੈਂਸ਼ਨ ਦਿੱਤੀ ਜਾਂਦੀ ਟੀਚਰਸ ਵੱਲੋਂ, ਤਾਂ ਤੁਹਾਡਾ ਬੱਚਾ ਜਿਹੜਾ ਫਸਟ ਅਟੈਂਪਟ ਦੇ ਵਿੱਚ ਹੀ ਪੀਟੀ ਆਈਲਟਸ ਕਲੀਅਰ ਕਰ ਜੂਗਾ। ਇਹ ਇਸ ਦੇ ਲਈ ਕਈ ਵਾਰੀ ਆਪਾਂ ਬੱਚਿਆਂ ਨੂੰ ਗੁਨਾਹਗਾਰ ਮੰਨਦੇ ਹਾਂ, ਬਟ ਕਈ ਵਾਰੀ ਆਪਾਂ ਖੁਦ ਪੇਰੈਂਟਸ ਨਾਲ ਜਾ ਕੇ ਬੱਚੇ ਦੇ ਇੰਸਟੀਟਿਊਟ ਜਾਂ ਕਿਸੇ ਵਧੀਆ ਟੀਚਰ ਦੀ ਚੋਣ ਨਹੀਂ ਕਰਦੇ, ਇਸ ਕਰਕੇ ਆਪਣਾ ਬੱਚਾ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਉਹਨਾਂ ਸਟੂਡੈਂਟਸ ਤੋਂ ਜਿਹੜੇ ਜਾ ਚੁੱਕੇ ਹੁੰਦੇ ਆ। ਇਸ ਦੇ ਲਈ ਤੁਸੀਂ ਆਪਣੇ ਬੱਚਿਆਂ ਦੇ ਨਾਲ ਖੁਦ ਆ ਕੇ ਸਾਡੇ ਫਰੀਦਕੋਟ ਵੀਜ਼ਾ ਵੇਵਸ ਸਟੱਡੀ ਸਰਵਿਸਿਜ਼ ਦੇ ਵਿੱਚ ਆਪਣੇ ਬੱਚੇ ਦੀ ਇੱਕ ਦਿਨ ਦੀ ਡੈਮੋ ਕਲਾਸ ਲਾਓ, ਤੁਸੀਂ ਸਾਡਾ ਇਨਵਾਇਰਮੈਂਟ ਦੇਖੋ, ਤੁਸੀਂ ਸਾਡਾ ਪੜ੍ਹਾਉਣ ਦਾ ਇੱਕ ਪ੍ਰੋਫੈਸ਼ਨਲ ਤਰੀਕਾ ਦੇਖੋਗੇ ਜਿਹਦੇ ਨਾਲ ਤੁਹਾਡਾ ਬੱਚਾ ਫਸਟ ਅਟੈਂਪਟ ਦੇ ਵਿੱਚ ਪੀ ਟੀ ਆਈਲਟਸ ਨੂੰ ਕਲੀਅਰ ਤਾਂ ਕਰੂਗਾ ਹੀ, ਬਟ ਵਿਦੇਸ਼ ਜਾਣ ਦੇ ਲਈ ਵੀ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿੱਖਣ ਨੂੰ ਮਿਲਣਗੀਆਂ। ਤੁਸੀਂ ਖੁਦ ਆਪ ਨਾਲ ਆ ਕੇ ਇੱਕ ਦਿਨ ਦੀ ਬੱਚੇ ਦੀ ਡੈਮੋ ਕਲਾਸ ਲਾਓ ਔਰ ਸਾਡੇ ਆਫਿਸ ਦਾ ਇਨਵਾਇਰਮੈਂਟ ਦੇਖੋ ਕਿ ਕਿਸ ਤਰੀਕੇ ਨਾਲ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਐਵਰੀ ਡੇ 2 ਤੋਂ 3 ਪੋਜ਼ਿਟਿਵ ਰਿਜ਼ਲਟ ਦੇ ਰਹੇ ਹਾਂ ਮਾਰਕੀਟ ਦੇ ਵਿੱਚ। ਜਿਹੜੇ ਬੱਚੇ ਹੁਣ ਇੱਕ ਚੰਗੀ ਕੰਟਰੀ ਦੇ ਵਿੱਚ ਜਾ ਰਹੇ ਆ, ਕੈਨੇਡਾ ਆਸਟ੍ਰੇਲੀਆ ਯੂਕੇ, ਜਿੰਨੀ ਕੁ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਪੂਰੀ ਕਰਕੇ ਦੇ ਰਹੇ ਆ, ਤੁਸੀਂ ਵੀ ਆਪਣੇ ਬੱਚੇ ਨੂੰ ਫਸਟ ਅਟੈਂਪਟ ਦੇ ਵਿੱਚ ਪੀ ਟੀ ਆਈਲਟਸ ਕਲੀਅਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਜਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਆਈਲਟਸ ਪੀ ਟੀ ਨਾਲ ਰਿਲੇਟਡ ਇਨਫੋਰਮੇਸ਼ਨ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ।